ਸਵਾਗਤ ਹੈ ਜੀ ਢੱਡਾ ਪੰਜਾਬ ਪੰਜਾਬੀ ਚੈਨਲ ਤੇ ਅਸੀਂ ਕਰ ਰਹੇ ਹਾਂ ਮਾਸਟਰ ਕੈਂਟਰ ਦੀ ਤਿਆਰੀ ਅੱਜ ਅਸੀਂ ਪੜਾਂਗੇ ਐਸਐਸਟੀ ਦਾ ਟੋਪਿਕ ਸਿੱਧੂ ਘਾਟੀ ਦੀ ਸਭਿਅਤਾ ਤੇ ਫਸਟ ਹੈ ਸਿੱਧੂ ਘਾਟੀ ਦੀ ਸਭਿਅਤਾ ਕਦੋਂ ਵਿਕਸਿਤ ਹੋਈ ਸੀ 2500 ਈਸਵੀ ਪੂਰਵ ਤੋਂ 1750 ਈਸਵੀ ਪੂਰਵ ਵਿੱਚ ਹੜੱppa ਸਭਿਅਤਾ ਦੀ ਖੋਜ ਕਿਸ ਸਾਲ ਹੋਈ ਸੀ 1921 ਵਿੱਚ ਸਿੱਧੂ ਘਾਟੀ ਦੀ ਸਭਿਅਤਾ ਦਾ ਗਿਆਨ ਕਿਸ ਤੋਂ ਮਿਲਦਾ ਹੈ ਪ੍ਰਾਂਤਵ ਖੋਜਾਂ ਤੋਂ ਹੜੱppa ਦੇ ਲੋਕਾਂ ਨੇ ਸ਼ਹਿਰ ਅਤੇ ਘਰ ਬਣਾਉਣ ਲਈ ਕਿਸ ਵਿਧੀ ਦਾ ਪ੍ਰਯੋਗ ਕੀਤਾ ਗ੍ਰਿਡ ਆਕਾਰ ਦੀ ਵਿਧੀ ਦਾ ਸਿੱਧੂਗਾਟੀ ਸਭਿਤਾ ਦੀ ਲਿਪੀ ਕਿਹੜੀ ਸੀ ਜੋ ਹੁਣ ਤੱਕ ਨਹੀਂ ਪੜੀ ਜਾ ਸਕੀ ਸਿੱਧੂਗਾਟੀ ਸਭਿਤਾ ਦੇ ਲੋਕਾਂ ਦਾ ਮੁੱਖਤ ਤੱਕ ਕੀ ਸੀ ਖੇਤੀਬਾੜੀ ਸਿੱਧੂਗਾਟੀ ਦੇ ਲੋਕਾਂ ਦੀ ਮੋਦਰਾ ਤੇ ਕਿਸ ਤੇ ਚਿੱਤਰ بنائے ਜਾਂਦੇ ਹਨ ਪਸ਼ੂਪੱਤੀ ਦੇ ਹੜੱप्पा ਸਭਿਤਾ ਦੇ ਕਿਸ ਸਾਲ ਤੋਂ पाकिस्तान ਤੋਂ ਇੱਕ ਵਿਕਸੇ ਜਲ ਪ੍ਰਬੰਧ ਪ੍ਰਣਾਲੀ ਬਾਰੇ ਪਤਾ ਲੱਗਦਾ ਹੈ ਵਿਕਸੇ ਜਲ ਪ੍ਰਬੰਧ ਪ੍ਰਣਾਲੀ ਤੋਂ ਲਗिरा ਤੋਂ ਸਿੱਧੂ ਘਾਟੇ ਸ਼ਹਿਰ ਦੀਆਂ ਗਲੀਆਂ ਕਿਸ ਤਰ੍ਹਾਂ ਦੀਆਂ ਹਨ ਚੌੜੀਆਂ ਅਤੇ ਸਿੱਧੀਆਂ ਸਿੱਧੂ ਘਾਟੇ ਦੀ ਸਭਿਤਾ ਵਿੱਚ ਘੋੜੇ ਦਾ ਪ੍ਰਮਾਨ ਕਿੱਥੇ ਮਿਲਿਆ ਹੈ ਸੁਰਕੋਟ ਦਾ ਮਹੰਜੋਦਾੜੋ ਕਿੱਥੇ ਸਥਿਤ ਹੈ ਸਿੰਧ ਵਿੱਚ ਚਹੁੰਦਗਾੜੋ ਦੀ ਖੁਦਾਈ ਕਿਸ ਦਿਨ ਦੇਸ਼ ਵਿੱਚ ਹੋਈ ਸੀ ਜੀ ਐਚ ਮੈਕੇ ਦੇ ਹੜੱਪਾ ਦੇ ਲੋਕਾਂ ਨੂੰ ਕਿਸ ਚੀਜ਼ ਦੀ ਜਾਣਕਾਰੀ ਨਹੀਂ ਸੀ ਲੋਹੇ ਦੀ ਸਿੱਧੂ ਸਭਿਤਾ ਦੇ ਘਰ ਕਿਸ ਨਾਲ ਬਣਾਏ ਜਾਂਦੇ ਸਨ ਇੱਟਾਂ ਨਾਲ ਸਿੱਧੂ ਘਾਟੀ ਦੀ ਸਭਿਤਾ ਦੀ ਮੋਦਰਾ ਤੇ ਕਿਸ ਦੇਵਤੇ ਦਾਮ ਦੇਵਤੇ ਦਾ ਚਿੱਤਰ ਮਿਲਦਾ ਹੈ ਆਦਿ ਸ਼ਿਵ ਦਾ ਤਾਂਬੇ ਦਾ ਰੱਥ ਕਿਸ ਥਾਂ ਤੋਂ ਪ੍ਰਾਪਤ ਹੋਇਆ ਹੈ ਦੇਮਾਬਾਦ ਤੋਂ ਹੜੱप्पा ਸਭਿਤਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਧੂ ਸਭਿਤਾ ਨਾਮ ਹੜੱप्पा ਸਭਿਤਾ ਦੀ ਖੋਜ ਕੀਤੀ ਸੀ ਦਇਆram ਸਾਨੀ ਨੇ ਰਾਵੀ ਜੋਕੀ ਹੜੱप्पा ਸਭਿਤਾ ਕਿੱਥੇ ਸੀ ਥੇ ਰਾਵੀ ਨਦੀ ਦੇ ਕਿਨਾਰੇ ਤੇ ਨਦੀਆਂ ਵੀ ਪੁੱਛ ਲਈਆਂ ਜਾਂਦੀਆਂ ਇਸ ਕਰਕੇ ਉਹ ਵੀ ਤੁਹਾਨੂੰ ਕਰਵਾਵਾਂਗੇ ਮੋਹਨਜੋਦਾੜੋ ਦੀ ਖੋਜ ਕੀਤੀ ਰਖਾਲਦਾਸ ਪੈਨ ਜੀ ਨੇ 1922 ਵਿੱਚ ਸਾਲ ਵੀ ਪੁੱਛ ਲਿਆ ਜਾਂਦਾ ਹੈ ਕਿ ਕਿਸ ਸਾਲ ਵਿੱਚ ਇਹੜੀ ਸੀ ਖੁਦਾਈ ਹੋਈ ਸੀ ਸਿੱਧੂ ਦੀ ਮੁੱਖ ਫਸਲ ਸੀ ਕਨਕ ਤੇ ਜੋ ਮਿੱਟੀ ਦੇ ਬਨੇ ਹਲ ਮਿਲੇ ਹਨ ਬਨ ਬਨਮਾਲੀ ਤੋਂ ਬਨਮਾਲੀ ਤੋਂ ਅਗਨੀ ਗੁੰਡ ਮਿਲਿਆ ਸੀ ਲੋਥਰ ਕਾਲੀ ਬੰਗਰ ਤੋਂ ਮੌਂਦ ਜਾੜੋ ਤੋਂ ਪ੍ਰਾਪਤ સ્ਨਾਣ ਘਰ ਦੀ ਇਮਾਰਤ ਦੇ ਮੱਧ ਵਿੱਚ ਕੀ ਬਣਿਆ ਹੈ ਇੱਕ સ્ਨਾਣ कुंड ਬਣਿਆ ਹੋਇਆ ਹੈ ਇਸ સ્ਨਾਣ ਘਰ ਦੀ ਜਿਹੜੀ ਲੰਬਾਈ ਹੈ 11.88 ਮੀਟਰ ਹੈ ਤੇ ਚੌੜਾਈ 7.1 ਮੀਟਰ ਹੈ ਤੇ ਡੂੰਘਾ ਜਿਹੜਾ ਹੈ ਉਹ 2.43 ਮੀਟਰ ਹੈ ਇਸ ਨੂੰ ਵੀ ਤੁਸੀਂ ਯਾਦ ਕਰ ਲੈਣਾ ਕਿਉਂਕਿ ਇੱਕ ਦੋ ਅ ਪੇਪਰ ਵਿੱਚ ਜਨਾਂ ਨੇ ਪੁੱਛਿਆ ਸੀ ਇਸ ਦੀ ਲੰਬਾਈ ਸ਼ਾਇਦ ਕਿ ਚੌੜਾਈ ਪੁੱਛੀ ਸੀ ਇਸ ਨੂੰ ਤੁਸੀਂ ਜਿੰਨੀ ਤਰ੍ਹਾਂ ਪੜ ਲੈਣਾ ਹੈ। ਕੁੱਬੜ ਵਾਲੇ ਸਾੰਡ ਨੂੰ ਜ਼ਿਆਦਾ ਪੂਜਦੇ ਸਨ। ਤਾਂ ਐਸੀ ਹੜੱਪਾ ਸਭਿਤਾ ਬਾਰੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ।